ਸਾਡੇ ਵੱਲੋਂ ਤੁਹਾਨੂੰ ਸਾਰਿਆਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਸਾਰਿਆਂ ਨੇ ਬਹੁਤ ਹੀ ਘੈਂਟ ਹੋਵੋਗੇ ਅੱਜ ਜਿਹੜੀ ਵੀਡੀਓ ਆਪਣੀ ਆਜ਼ਾਦ ਦੇ ਜੋ ਕੁਝ ਕੁ ਸੀਨ ਹੈ ਉਸ ਡਰਾਮੇ ਦੇ, ਕਿਉਂਕਿ ਮੈਂ ਪਿੱਛੇ ਜੇ ਪੋਲ ਕੀਤਾ ਸੀਗਾ ਅਤੇ ਇੰਸਟਾਗ੍ਰਾਮ 'ਤੇ ਵੀ ਪੁੱਛਿਆ ਸੀਗਾ ਕਿ ਪਰਿਜ਼ਾਦ ਅਤੇ ਸਿੰਫ ਇਹ ਹੈ, ਇਹੀ ਦੋ ਜਿਹੜੇ ਰਿਕਮੈਂਡ ਕੀਤੇ ਲੋਕਾਂ ਨੇ ਕਿ ਬਈ ਆਹ ਗਾਣੇ ਦੇਖੋ, ਡਰਾਮਾਜ਼ ਜਿਹੜੇ ਉਹ ਇੰਜੋਏ ਕਰੋ ਦੇਖੋ। ਅਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਬਿਨਾਂ ਕਿਸੇ ਦੇਰੀ ਦੇ। ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੀਆਰ ਟੀਵੀ ਐਕਸਟਰਾ, ਤਾਂ ਜੋ ਤੁਹਾਨੂੰ ਇੱਦਾਂ ਦੇ ਜਿਹੜੇ ਰਿਐਕਸ਼ਨ ਆ ਉਹ ਮਿਲਦੇ ਰਹੇ। ਸੋ ਆ ਜਾਓ ਵੀਡੀਓ ਸ਼ੁਰੂ ਕਰੀਏ, ਆ ਜਾਓ ਫਿਰ। ਸੁਣੋ ਲੜਕੇ, ਇਹ ਜੋ ਚਿਹਰਾ, ਸੂਰਤ, ਸ਼ਖਸੀਅਤ ਹੈ ਨਾ, ਇਹ ਸਭ ਲੋਅਰ ਮਿਡਲ ਕਲਾਸ ਲੋਕਾਂ ਕੇ ਮਸਾਇਲ ਹੁੰਦੇ ਹਨ। ਮਰਦ ਕੀ ਸੂਰਤ, ਉਸਕੀ ਸ਼ਖਸੀਅਤ ਔਰ ਉਸਕਾ ਵਕਾਰ ਸਭ ਉਸਕੇ ਪੈਸੇ ਸੇ ਹੋਤਾ ਹੈ। ਜਾਓ ਇਸ ਬੇਰਹਿਮ ਦੁਨੀਆ ਮੇਂ ਜਾਓ ਔਰ ਆਪਣੇ ਹਿੱਸੇ ਕੀ ਦੌਲਤ ਸਮੇਟ ਲੋ। ਖੁਦ ਕੋ ਇਤਨਾ ਅਮੀਰ ਕਰੋ ਕਿ ਇਹ ਜੋ ਤੁਹਾਡੀ ਸ਼ਖਸੀਅਤ ਕੇ ਐਬ ਹੈ ਨਾ, ਦੁਨੀਆ ਕੋ ਸਟਾਈਲ ਲਗਨੇ ਲਗ। ਪਿੱਛੇ ਜਿਹੜੀ ਆਪਾਂ ਇੱਕ ਵੀਡੀਓ ਬਣਾਈ ਸੀਗੀ ਉਹਦੇ 'ਤੇ ਮੈਂ ਗੈਸ ਲਾਇਆ ਸੀਗਾ ਸ਼ਾਇਦ ਇਹ ਲਵ ਟ੍ਰਾਈਐਂਗਲ ਹੋਊਗਾ ਕਿ ਇਹਦੀ ਆਪਾਂ ਦੋਨੇ ਹੀ ਸੀ ਸੱਚ ਮੇਰੇ ਖਿਆਲ, ਹੈ ਨਾ। ਪਰ ਲੋਕਾਂ ਨੇ ਕਮੈਂਟ ਕੀਤਾ ਕਿ ਜੋ ਤੁਸੀਂ ਸਟੋਰੀ ਗੈਸ ਕਰ ਰਹੇ ਹੋ ਉਹ ਬਿਲਕੁਲ ਹੀ ਗਲਤ ਆ, ਗਲਤੀਆਂ ਨਹੀਂ ਸੀ, ਸ਼ਕਲਾਂ ਨਹੀਂ ਪਛਾਣੀ ਜਾ ਰਹੀਆਂ ਸੀ। ਅਤੇ ਉਹ ਕਹਿੰਦੇ ਵੀ ਸਟੋਰੀ ਬਿਲਕੁਲ ਇਸ ਤੋਂ ਅਲੱਗ ਹੈ ਅਤੇ ਤੁਸੀਂ ਕਹਿੰਦੇ ਵਾਚ ਕਰੋ ਇਹ ਡਰਾਮਾ, ਕਹਿੰਦੇ ਬਹੁਤ ਘੈਂਟ ਆ। ਇਸੇ ਕਰਕੇ ਆਪਾਂ ਕੁਝ ਕੁ ਸੀਨਸ ਦੇਖ ਰਹੇ ਹਾਂ ਤਾਂ ਜੋ ਆਪਾਂ ਨੂੰ ਆਈਡੀਆ ਹੋਵੇ ਅਤੇ ਆਪਾਂ ਪੂਰਾ ਡਰਾਮਾ ਜਿਹੜਾ ਸ਼ੁਰੂ ਕਰ ਸਕੀਏ। ਦੇਖ ਸਕਦੇ ਹਾਂ ਆਪਾਂ, ਹਾਂ ਦੇਖ ਸਕਦੇ ਹਾਂ ਡੈਫੀਨੇਟਲੀ। ਅੱਗੇ ਦੇਖਦੇ ਹਾਂ, ਆ ਜਾਓ। ਦੇਖਾ ਹੈ ਪਰ ਅਮੀਰ ਮੂਰ ਹੋ ਗਿਆ ਪੈਸਾ ਪੂਸਾ ਲੈ ਕੇ। ਮਹਾਭਾਰਤ ਸੇ ਮੁਲਾਕਾਤ ਹੋਈ ਸੀ, ਮੇਰਾ ਨਾਮ ਪੀਜ਼ਡ ਮੀਰ ਹੈ। ਆਈ ਰਿਮੈਂਬਰ ਨਾਓ, ਯਾਦ ਆ ਗਿਆ ਮੇਰੇ। ਵੈਸੇ हमारी पहले मुलाकात हो चुकी है। कहाँ? बल्कि अगर मैं ये कहूं कि मेरी जिंदगी का एक बहुत अहम सबक आपने मुझे दिया था, मतलब यदि गल्ला करन तो बाद भाई जी। मेरा मतलब है आप परिसा, आर यू परिसा? क्या बात है भाई, कोल गड्डियां भी होने दे नाल सिक्योरिटी भी रखी हुई है। सेट हो गया काम भी। ਅੱਗੇ ਪਿੱਛੇ ਵੇਖ ਕੇ ਬੋਡੀ ਗਾਰਡ ਲਾਉਂਦੇ ਵੀ ਕੋਈ ਹੈਗਾ ਤਾਂ ਨਹੀਂ ਕਿਤੇ। ਨਹੀਂ, ਪਹਿਲੀ ਵਾਲੀ ਐਂਟਰੀ ਠੀਕ ਠੀਕ ਸੀ, ਹੁਣ ਦੂਜੀ ਵਾਲੀ ਐਂਟਰੀ ਠੀਕ ਹੈ। ਹਾਂ, ਪਹਿਲਾਂ ਆਪਾਂ ਪਰਿਜ਼ਾਦ ਓਐਸਟੀ ਦੇਖਿਆ ਸੀਗਾ ਅਤੇ ਉਸ ਤੋਂ ਬਾਅਦ ਕੁਝ ਕੁ ਜੋ ਪੋਇਟਰੀ ਸੀਨ ਸੀਗੇ ਉਹ ਦੇਖੇ ਸੀਗੇ ਅਤੇ ਆਹ ਵਾਲੀ ਲੁੱਕ ਆਪਾਂ ਇਹਨਾਂ ਦੀ ਇਹ ਪਹਿਲੀ ਵਾਰੀ ਦੇਖੀ ਹੈ ਅਤੇ ਪਰ ਕਮਾਲ ਹੈ ਯਾਰ, ਲੁੱਕ ਕਾਫੀ ਚੇਂਜ ਹੈ। ਪਹਿਲਾਂ ਇੱਕ ਉਹ ਸਲਵਾਰ ਕਮੀਜ਼ ਪਾਉਂਦੇ ਆ ਅਤੇ ਹੁਣ ਕੋਟ ਪੈਂਟ ਅਤੇ ਕਾਫੀ ਡਿਫਰੈਂਟ ਬੀਅਰਡ ਰੱਖ ਲਈ ਅਤੇ ਗੱਡੀਆਂ 'ਚ ਪਹਿਲਾਂ ਬੰਦਾ ਦੇਖਣ 'ਚ ਹੀ ਲਾਚਾਰ ਜਿਹਾ ਲੱਗਦਾ ਪਿਆ, ਹੈ ਨਾ। ਅਤੇ ਸਟੋਰੀ ਤਾਂ ਪਤਾ ਨਹੀਂ ਕੀ ਹੈ ਡਰਾਮੇ ਦੀ, ਹੁਣ ਆਪਾਂ ਨੂੰ ਤਾਂ ਇਹ ਗੱਲ ਪਤਾ ਨਹੀਂ ਹੈ, ਪਰ ਜਿੰਨਾ ਕੁ ਆਪਾਂ ਦੇਖਿਆ ਵੀਡੀਓਜ਼ ਦੇ ਜ਼ਰੀਏ ਪਤਾ ਲੱਗ ਰਿਹਾ ਕਿ ਹਾਂ ਉਹਦੀ ਜ਼ਿੰਦਗੀ ਇੱਕੋ ਦਮ ਬਦਲ ਗਈ। ਹਾਂਜੀ, ਪਤਾ ਨਹੀਂ ਮੈਂ ਕਹਿੰਦੇ ਵੀਡੀਓ ਮਤਲਬ ਪਹਿਲਾਂ ਦੇਖੀ ਹੈ ਜਾਂ ਨਹੀਂ, ਮਤਲਬ ਵੀਡੀਓ ਬਣਾਉਂਦੇ ਹੋਏ ਦੇਖੀ ਹੈ ਪਹਿਲਾਂ,
अहम रोल अदा किया उस लेडी ने जिहड़ी ओ सिगरेट फूक रही सी ते ओ लेडी दा अहम रोल अदा किया एदी लाइफ दे विच ओ मेरे ख्याल यही है कि जदों उन्होंने कहा कि जाओ कि इस बेरहम दुनिया च जाओ ते खूब पैसा कमाओ बनूंगा पर मेरे ख्याल मोस्टली ये चीजा ड्रामिया च फिल्मा च होंदिया जे रियलिटी च ये चीजा होन लग जाना तां दुनिया च ताने बहुत पैंदे आ लोकां नूं ठीक है पर कोई कोई उस ताने नूं पॉजिटिव लैके जांदा नहीं तां कई जणे नेगेटिव लैके डिप्रेशन च चल जांदे आ करो चंगीआं गल्लां अडॉप्ट करिआ करो बुरीआं गल्लां छड्ड दिआ करो ते नुक्ता जी नहीं करन दी लोड़ नहीं इंजॉय करो चैनल करो अपना सबसक्राइब पीआर टीवी एक्सट्रा ते असीं मिलदे तुहानूं किसी होर वीडियो च तद तक सानूं दिओ इजाजत सत श्री अकाल ते चक्की रखो इदां ही काम।